इमशा इमशा तू इत्थे की कर रहे हैं? गल सुन ना, तू इत्थे की कर रहे हैं? किसी ने वेख लिया था? फिर कोई नहीं वेखेगा। मैं तेनू कहा सी ना, मैं शाम नू आवांगी तेनू मिलन। फिर तू इत्थे की कर रहे हैं? यार मेरे को रहा नहीं है। अच्छा तू चल, मैं आ रही हूं, तू चल। वाह जी वाह, बड़ी सोहनी लग रही। तू चल हुण, आ रही हूं मैं। मेरी गल सुन, मैं अपनी अम्मी नू भेजा के। मैं तेनू कह तो रही हूं आ रही है, तो मैं तेनू दस दिया। जा कोई वेख ना लवे जो तू। चल जल्दी है, जल्दी। हां हां जा तू। आ गया तू, मैं तेनू मना किया सी कि मैं शाम तेनू मिलन आऊंगी, फिर तू मेरे घर ही आ गया। यार मेरे को रहा नहीं जा रहा। चल अच्छा दस की गल है। यार मैं तेरे लिए गल करनी सी कि मैं अपनी अम्मी नू भेजा। तेनू पता है ना मेरे अब्बू तेनू जान दे, तू निकम्मा है, तू कम नहीं करदा, ते सिर्फ प्यार दे सहारे ते जिंदगी नहीं गुजर सकदी ना। प्यार ते मैं तेरे नाल करदी आ, हुण मैं की करा? तू कम भी नहीं करदा। मेरी गल सुन, तू अपने मां प्यो नू मना ले। मैं तेरे तो बगैर नहीं रह सकता, तेनू पता है ना। मैं भी नहीं रह सकती। अच्छा चल ठीक है, तू अपनी अम्मी नू भेज, मैं वेख लवांगी। नहीं तू लाजमी गल करनी है। हां हां मैं कर लेंगी। ठीक है हां, हुण तू जा, कोई वेट ना लवे, जा। ठीक, लाजमी गल करी। हाँ 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 जी। हाँ कर रही है, करने कर लिया। अम्मी मैं तोड़े नाल एक गल करनी सी आज। क्या गल करनी सी? जेडी आपा कोसर नी पिछली गली च रहंदी है, हाँ ਉਹਨਾਂ ਪੁੱਤਰ ਹੈ ਨਾ, ਮੈਂ ਉਹਦੇ ਨਾਲ ਪਿਆਰ ਕਰਦੀ ਹਾਂ। ਤੋਬਾ ਅੱਲਾ ਮੇਰੀ ਤੋਬਾ, ਨਹੀਂ ਇਤਨਾ ਜ਼ੁਲਮ ਖਟਨੇ ਪਏ, ਤੈਨੂੰ ਪਤਾ ਹੈ ਤੇਰੇ ਅੱਬੂ ਦਾ? ਅੱਲਾ ਅੰਮੀ ਮੈਨੂੰ ਨਹੀਂ ਪਤਾ, ਮੈਂ ਉਹਦੇ ਬਗੈਰ ਨਹੀਂ ਰਹਿ ਸਕਦੀ, ਮੈਂ ਉਹਦੇ ਨਾਲ ਹੀ ਸ਼ਾਦੀ ਕਰਾਂਗੀ। ਨਹੀਂ ਉਹਨੇ ਮੇਰੇ ਜੂੰਡਿਆਂ ਦਾ ਵਾਲ ਇੱਕ ਨਹੀਂ ਛੱਡਣਾ ਤੇ ਤੂੰ ਸ਼ਾਦੀ ਕਰਨ ਤੁਰੀ। ਤੁਸੀਂ ਇੱਕ ਵਾਰੀ ਕੋਸ਼ਿਸ਼ ਤੇ ਕਰੋ, ਗੱਲ ਤੇ ਮੰਨੋ, ਇੱਕ ਵਾਰੀ ਕੋਸ਼ਿਸ਼ ਤੇ ਕਰ ਲਿਓ। ਨਾ ਮੁਮਕਿਨ, ਨਾ ਮੁਮਕਿਨ, ਮੈਨੂੰ ਤੇ ਉਹਦੇ ਕੋਲ ਆਪ ਗੱਲ ਕਰਨ ਲੱਗਾ ਡਰ ਲੱਗਦਾ। ਤੇ ਤੂੰ ਅੰਮੀ ਇੰਜ ਨਾ ਕਰੋ ਪਲੀਜ਼, ਅੰਮੀ ਇੱਕ ਵਾਰੀ ਕੋਸ਼ਿਸ਼ ਕਰ ਲਿਓ। ਕੱਲ ਉਸਨੇ ਕੱਲ ਉਹ ਆਪਣੀ ਅੰਮੀ ਨੂੰ ਭੇਜਣਾ ਹੈ ਸਾਡੇ ਘਰ, ਤੇ ਤੁਸੀਂ ਉਸ ਤੋਂ ਪਹਿਲੇ ਅੱਬੇ ਨਾਲ ਕੋਈ ਗੱਲ ਕਰ ਲਿਓ। ਅੱਛਾ ਨਾ ਲੈ ਉਹਨੂੰ, ਤੂੰ ਤੂੰ ਇੰਜ ਮੇਰੇ ਬਾਜ਼ੂ ਫੜੇ ਨਹੀਂ, ਤੇਰਾ ਅੱਬਾ ਆ ਗਿਆ ਨਾ ਉੱਤੋਂ ਤੇ ਆਖ ਸੀ ਇਹ ਕਿਆ ਕਰਨੀ ਪਈ, ਕਿਆ ਮਨਾਣੀ ਪਈ, ਉੱਠ ਹੁਣੇ ਆਉਂਦਾ ਹੈ ਤੇ ਮੈਂ ਉਹਦੇ ਨਾਲ ਗੱਲ ਕਰਨੀ ਹੈ। ਤੁਸੀਂ ਗੱਲ ਕਰੋਗੇ ਨਾ? ਐ ਤੂੰ ਮਹਿਸੂਸ ਨਹੀਂ ਕਰਵਾਣਾ, ਉੱਠ। ਅੱਛਾ ਠੀਕ ਹੈ, ਤੁਸੀਂ ਗੱਲ ਕਰਨੀ ਹੈ ਅੱਜ ਦੇ ਅੱਜ ਚਲੋ ਠੀਕ ਹੈ, ਮੈਂ ਉਹਦੇ ਨਾਲ ਕਰਨੀ ਹੈ ਗੱਲ, ਆਉਂਦੇ ਨਹੀਂ ਤੇ ਕਰਨੀ ਹੈ। ਅੱਲਾ ਮੇਰੀ ਤੋਬਾ, ਦੁਨੀਆ ਆਖਰ ਤੇਪੜੀ, ਅੱਜ ਕੱਲ ਦੀਆਂ ਕੁੜੀਆਂ ਨੂੰ ਕੀ ਹੋ ਗਿਆ? ਅੱਲਾ ਮੇਰੇ ਤੋਬਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਆ ਗਏ ਹੋ? ਆ ਜੀ ਫਰਿਆਲ ਯਾਰ, ਅੱਜ ਬਹੁਤ ਕੰਮ ਸੀ, ਲੱਗਣਾ ਕਿ ਥੱਕੇ ਥੱਕੇ ਲੱਗਨੇ ਪਏ ਹੋ। ਅੱਜ ਕੰਮ ਬੜਾ ਸੀ। ਹਾਂ ਲਗਾ ਸੁਣੋ, ਹਾਂ ਬੋਲ। ਫਿਰ ਰੋਟੀ ਸ਼ੋਟੀ ਖਾਣੀ ਜੇ? ਤੂੰ ਗੱਲ ਕਰਨਾ ਚਾਹਨੀ ਸੀ, ਗੱਲ ਕਰ। ਮੈਂ ਗੱਲ ਤੇ ਕਰਨੀ ਸੀ ਤੇ ਇੱਥੇ ਅੱਗੇ ਕੁਰਸੀ ਕਰੋ ਜ਼ਰਾ। ਕੀ ਗੱਲ ਹੈ, ਖੈਰੀਅਤ ਹੈ, ਕਿਉਂ ਪਰੇਸ਼ਾਨ ਹੈ? ਦਰਅਸਲ ਸਾਡੀ ਧੀ ਹੁਣ ਜਵਾਨ ਹੋ ਗਈ ਹੈ ਤੇ ਸਾਨੂੰ ਚਾਹੀਦਾ ਉਹਦੇ ਰਿਸ਼ਤੇ ਬਾਰੇ ਕੁਝ ਸੋਚਣਾ। ਯਾਰ ਹੁਣ ਕੋਈ ਰਿਸ਼ਤਾ ਅੱਛਾ ਜਿਹਾ ਆਵੇ ਤੇ ਤਾਂ ਨਾ, ਹੁਣ ਇਸ ਤਰ੍ਹਾਂ ਰਾਹ ਚੱਲਦੇ ਨੂੰ ਕੋਈ ਬਾਹਰ ਹੀ ਪਕੜਾ ਸਕਦਾ ਨਾ ਬੱਚੀ ਦੀ। ਇੱਥੇ ਨਾਲ ਵਾਲੇ ਹਮਸਾਏ ਨੇ ਤੇ ਉਹਨਾਂ ਦਾ ਮੁੰਡਾ ਵੀ ਅੱਛਾ ਹੈ ਤੇ ਨਾਲੇ ਰਿਮਸ਼ਾ ਨੂੰ ਵੀ ਪਸੰਦ ਹੈ। ਕਿਹੜੇ ਹਮਸਾਏ ਨੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ? ਇਹ ਨਾਲ ਵਾਲੀ ਗਲੀ ਦੇ ਵਿੱਚ, ਮੈਨੂੰ ਹੁਣ ਉਹ ਸਹੁਰਾ ਦਾ ਨਾਂ ਤਾਂ ਨਹੀਂ ਆਉਂਦਾ ਪਿਆ, ਲੇਕਿਨ ਰਿਮਸ਼ਾ ਨੂੰ ਉਹ ਬੱਚਾ ਪਸੰਦ ਹੈ ਤੇ ਕਹਿੰਦੀ ਸੀ ਅੱਬੂ ਨਾਲ ਗੱਲ ਕਰਿਆ ਜੇ, ਤੇ ਵੇਖੋ ਤੁਸੀਂ ਕੋਈ ਗੱਲ ਨਾ ਕਰਿਆ ਜੇ। ਮੈਂ ਉਹਨੂੰ ਇਹੀ ਕਿਹਾ, ਮੈਂ ਕਿਹਾ ਅੱਬੂ ਤੇਰਾ ਬੜਾ ਸਖਤ ਹੈ ਅਤੇ ਬੜਾ ਡੱਡ ਹੈ ਅਤੇ ਚੱਲ ਮੈਂ ਗੱਲ ਕਰ ਸਾਂ, ਲੇਕਿਨ ਤੁਸੀਂ ਹੁਣ ਕੋਈ ਗੱਲ ਨਾ ਕਰਿਆ ਜੇ, ਠੰਡੇ ਦਿਲ ਦੇ ਨਾਲ ਸੋਚੋ, ਕਿਉਂਕਿ ਧੀ ਹੈ ਤੁਹਾਡੀ। ਧੀ ਤਾਂ ਹੈ, ਲੇਕਿਨ ਉਹਦੀ ਐਡੀ ਜ਼ਰੂਰਤ ਕਿ ਉਹਨੇ ਤੇਰੇ ਨਾਲ ਖੁਦ ਹੀ ਗੱਲ ਕਰ ਦਿੱਤੀ? ਖੈਰ ਹੈ ਮੇਰੇ ਨਾਲ ਹੀ ਕੀਤੀ, ਕਿਹੜਾ ਤੁਹਾਡੇ ਨਾਲ ਕੀਤੀ? ਮਾਵਾਂ ਨਾਲ ਦੁੱਖ ਸੁੱਖ ਕਰ ਲੈਂਦਾ ਨਾ ਬੰਦਾ, ਰਿਸ਼ਤਾ ਲੈਣਾ ਸੀ ਤੇ ਕੋਈ ਗੱਲ ਨਾ ਕਰੀ, ਚੁੱਪ ਕਰਕੇ ਸੁਣੀ, ਵੇਸ ਜਾ ਕੇ ਤੇ ਫਿਰ ਕੋਈ ਗੱਲ ਕਰੀ, ਹਲਾ ਐਵੇਂ ਰੌਲਾ ਨਾ ਪਾਉਣ ਲੱਗ ਜੇ, ਤੇਰੀ ਆਦਤ ਐਵੇਂ ਰੌਲਾ ਪਾਉਣ ਲੱਗ ਜਾਂਦੀ। ਚੱਲ ਜਾ ਉੱਠ, ਜਾ ਕੇ ਖਾਣੇ ਪੀਣੇ ਦਾ ਬੰਦੋਬਸਤ ਕਰ। ਉੱਠ, ਕੀ ਖਾਸੇ? ਜੋ ਪੱਕਿਆ ਲਿਆ ਯਾਰ, ਅਸਾਂ ਤੇ ਅੱਜ ਕੜੀ ਪਕੌੜੇ ਬਣਾਏ ਨੇ, ਮੇਰਾ ਫੇਵਰਟ ਹੈ। ਚੱਲ ਲੈ, ਹਲਾ ਚੱਲ ਠੀਕ ਮੈਂ ਚੱਲ।
ਅਸਲਾਮੁਅਲੈਕੁਮ ਕੀ ਹਾਲ ਹੈ? ਵਾਲੈਕੁਮ ਸਲਾਮ। ਰਿਮਸ਼ਾ ਆਪਣੇ ਅੱਬੂ ਨੂੰ ਬੁਲਾ ਕੇ ਲਿਆ, ਆ ਜਾ। ਹੋਰ ਸੁਣਾ ਭੈਣ, ਘਰ ਬਾਰ ਸਾਰੇ ਠੀਕ ਨੇ? ਬਸ ਸ਼ੁਕਰ ਅੱਲਾ ਦਾ। ਬਿਸਮਿਲ੍ਲਾ। ਮੇਰੀ ਧੀ, ਮੇਰੀ ਧੀ। ਅੱਛਾ ਰਿਮਸ਼ਾ ਪੁੱਤਰ, ਨਾਲੇ ਚਾਹੇ ਦਾ ਕੋਈ ਬੰਦਾ ਬਸ ਕਰ, ਨਾਲੇ ਆਪਣੇ ਅੱਬੂ ਨੂੰ ਬੁਲਾ ਕੇ ਲਿਆ। ਅੱਛਾ, ਮੈਂ ਬੁਲਾ ਕੇ ਆਉਂਦੀ ਹਾਂ। ਬਹੁਤ ਅੱਛੀ ਧੀ ਹੈ, ਬਹੁਤ ਮਾਸ਼ਾਅੱਲਾ। ਹਾਂਜੀ ਮਾਸ਼ਾਅੱਲਾ, ਤੁਹਾਡੀ ਬੱਚੀ ਬਹੁਤ ਨੇਕ ਹੈ, ਅੱਲਾ ਇਸ ਨੂੰ ਸਿਹਤ। ਆਮੀਨ ਆਮੀਨ। ਹੋਰ ਸੁਣਾਓ ਭੈਣ, ਭਾਈ ਵੀ ਕੈਸੇ ਨੇ? ਠੀਕ ਨੇ? ਸ਼ੁਕਰ ਨੇ, ਤੇਰੇ ਭਾਈ ਵੀ ਠੀਕ ਨੇ, ਅੱਲਾ ਦਾ ਸ਼ੁਕਰ ਹੈ। ਕੰਮ ਤੇ ਗਏ ਸਨ ਮੇਰੇ ਖਿਆਲ ਚ, ਹਲੇ ਹੁਣੇ ਆਏ ਨੇ। ਅੱਛਾ ਅੱਛਾ। ਅਸਲਾਮ ਅਲੈਕੁਮ। ਹਾਂ ਲੈ ਬਾਬੂ। ਅਸਲਾਮ ਅਲੈਕੁਮ ਭਾਈ। ਵਾਲੇਕੁਮ ਸਲਾਮ। ਕੋਸਰ ਭੈਣ, ਅੱਛਾ ਤੂੰ ਵੇ? ਹਾਂਜੀ ਭਾਈ, ਮੈਂ ਕੱਲ ਜਿਹੜਾ ਤੁਸੀਂ ਗੱਲ ਕਰ ਰਹੇ ਸੀ। ਹਾਂ ਅੱਛਾ ਭੈਣ, ਖੈਰੀਅਤ ਨਾਲ ਆਇਓ? ਜੀ ਖੈਰੀਅਤ ਨਾਲ ਆਈਆਂ। ਮੈਂ ਜ਼ਰਾ ਮੂੰਹ ਛੋਟਾ ਅਤੇ ਗੱਲ ਵੱਡੀ। ਨਹੀਂ ਭੈਣ, ਮੇਰੀ ਖੁੱਲ੍ਹ ਕੇ ਗੱਲ ਕਰ, ਜਿਹੜੀ ਗੱਲ ਖੁੱਲ੍ਹ ਕੇ ਗੱਲ। ਉਹ ਮੈਂ ਤੁਹਾਡੀ ਬੱਚੀ ਦਾ ਰਿਸ਼ਤਾ ਲੈਣ ਆਈ ਸਾਂ। ਉਹ ਨਾਲੇ ਭਾਈ ਬਸ ਕਰ ਕੋਸਰ ਭੈਣ, ਪਹਿਲੇ ਹੀ ਤੂੰ ਕਹਿ ਦਿੱਤਾ ਕਿ ਮੂੰਹ ਛੋਟਾ ਅਤੇ ਗੱਲ ਵੱਡੀ। ਕਮ ਅਜ਼ ਕਮ ਤੂੰ ਇਹ ਤਾਂ ਸੋਚ ਕੇ ਆਉਂਦੀ ਕਿ ਤੂੰ ਰਿਸ਼ਤਾ ਕਿਹਦੇ ਲਈ ਲੈ ਕੇ ਆ ਰਹੀ ਹੈ? ਤੈਨੂੰ ਪਤਾ ਹੈ ਪੁੱਤਰ ਤੇਰਾ ਕੱਖ ਨਹੀਂ ਭੰਨ ਕੇ ਦੋਹਰਾ ਕਰਦਾ। ਇਸ ਤਰ੍ਹਾਂ ਕਰ ਰਹੇ ਆ ਮਹਿਮਾਨ ਨੂੰ, ਨਹੀਂ ਇਸ ਤਰ੍ਹਾਂ ਕਰੀਦਾ। ਐਦੇ ਮਾਮਲੇ 'ਚ ਤੂੰ ਮਤ ਬੋਲੋ। ਸੁਣ ਲਿਆ ਜੀ, ਤੁਸੀਂ ਮੈਨੂੰ ਦੱਸੋ ਤੁਹਾਡਾ ਪੁੱਤਰ ਕੀ ਕੰਮ ਕਰਦਾ? ਸਾਰਾ ਦਿਨ ਉਹ ਗਲੀ ਦੇ ਚੌਕ 'ਚ ਬੈਠ ਕੇ ਤਾਸ਼ਾ ਖੇਡਦਾ ਰਹਿੰਦਾ, ਕਦੀ ਇੱਕ ਨੂੰ ਛੇੜ, ਕਦੀ ਦੂਵੇ ਨੂੰ ਛੇੜ। ਤੁਸੀਂ ਕਮ ਅਜ਼ ਕਮ ਇਹ ਤਾਂ ਵੇਖੋ ਕਿ ਮੇਰੀ ਬੱਚੀ ਨੂੰ ਕੀ ਖਵਾਏਗਾ, ਕੀ ਪਿਲਾਏਗਾ। ਭਰਾ ਮੇਰਿਆ ਗੱਲ ਸੁਣ, ਮੇਰੀ ਧੀਆਂ ਘਰ ਵਾਹਣ ਵਾਲਾ ਮਾਲ ਨਹੀਂ ਹੁੰਦਾ, ਉਹਨਾਂ ਨੂੰ ਇੱਕ ਨਾ ਇੱਕ ਦਿਨ ਤੁਸਾਂ ਦੇਣਾ ਹੀ। ਮੇਰੀ ਸੁਣੋ ਗੱਲ, ਅੱਲਾ ਕਰੇਗਾ ਉਹਦੀ ਕੋਈ ਨੌਕਰੀ ਅੱਛੀ ਜੀ, ਵਿਚਾਰਾ ਫਿਰ ਰਿਹਾ ਨੌਕਰੀ ਪਿੱਛੇ, ਕੋਈ ਅੱਛੀ ਜੀ ਉਸਨੂੰ ਨੌਕਰੀ ਲੱਭ ਗਈ, ਕੋਈ ਕੰਮ ਲੱਭ ਜਾਏਗਾ। ਮੇਰੀ ਗੱਲ ਸੁਣ, ਘਰ ਰੱਖਣ ਵਾਲਾ ਮਾਲ ਨਹੀਂ ਹੁੰਦਾ ਧੀਆਂ, ਲੇਕਿਨ ਸੱਟਣ ਵਾਲਾ ਮਾਲ ਵੀ ਨਹੀਂ ਹੁੰਦਾ ਧੀਆਂ। ਠੀਕ ਹੈ ਨਾ, ਬੰਦਾ ਕਮ ਅਜ਼ ਕਮ ਇਹ ਵੇਖ ਲੈਂਦਾ ਕਿ ਯਾਰ ਅਸੀਂ ਪਰਾਈ ਧੀ ਨੂੰ ਲਿਆ ਕੇ ਕਿਤੇ ਭਲੇ ਬਣ ਰਹੇ ਹਾਂ, ਉਹ ਕੁਝ ਖਵਾ ਵੀ ਸਕੇਗਾ ਉਹਨੂੰ ਕਿ ਨਹੀਂ? ਸਾਰੀ ਜ਼ਿੰਦਗੀ ਤੁਸੀਂ ਉਹਦੇ ਸਿਰ ਨਹੀਂ ਬਹਿਣਾ, ਮੇਰੀ ਬੱਚੀ ਨੂੰ ਕੀ ਖਵਾਏਗਾ? ਨਾ ਕੰਮ, ਨਾ ਕਾਜ ਦਾ ਟੱਕਾ, ਨਾ ਤੇਲਾ, ਨਾ ਘਰ ਆਪਣਾ, ਨਾ ਤਾਲੀਮ ਉਹਦੀ। ਮੇਰਿਆ ਅੱਲਾ ਤਾਲਾ ਦੇਣ ਵਾਲਾ ਹੁੰਦਾ, ਬੰਦੇ ਦੇ ਵਸ ਚ ਕੋਈ ਨਹੀਂ ਹੁੰਦਾ। ਲੇਕਿਨ ਅੱਖੋ ਤੱਕ ਕੇ ਸੋਹਣੇ ਅੱਲਾ ਦੇ ਹੱਥ ਚ, ਅੱਖੋ ਤੱਕ ਕੇ ਮੱਖੀ ਨਹੀਂ ਨਿਕਲਣ ਆਉਂਦੀ। ਤੱਕੋ ਨਾ ਇਹ ਬੰਦੇ ਦੇ ਹੱਥ ਚ ਕੋਈ ਨਹੀਂ, ਹੁਣ ਮੇਰੇ ਪੁੱਤਰ ਦੇ ਹੱਥ ਚ ਰਿਜ਼ਕ ਕੋਈ ਨਹੀਂ, ਇਹ ਅੱਲਾ ਸੋਹਣੇ ਦੇ ਦਿਨ ਆਏ ਨੇ, ਇਨਸ਼ਾਅੱਲਾ ਸਖਤੀਆਂ ਮੁਸੀਬਤਾਂ ਅੱਲਾ ਕੱਢ ਦੇਣਗੇ। ਹਰ ਗੱਲ, ਹਰ ਗੱਲ ਐਂ ਜੇ ਲੜਨ ਵਾਲੀ ਕਰਨੇ, ਲੜਨ ਬੰਦਾ ਘਰ ਆਏ ਮਹਿਮਾਨ ਨਹੀਂ, ਸਰਾ ਨਹੀਂ ਬੋਲੀਦਾ। ਤੈਨੂੰ ਨਹੀਂ ਪਤਾ, ਬਸ ਤੈਨੂੰ ਨਹੀਂ ਪਤਾ, ਸਾਰੀ ਜ਼ਿੰਦਗੀ ਇਹ ਹੀ ਕੁਝ ਰੱਖਾ ਦੇ। ਗੱਲ ਸੁਣੋ ਨਾ ਭਾਈ, ਭਾਜੀ ਤੁਸੀਂ ਕੁਝ ਸਮਝਾਓ, ਦੋ ਬੱਚੇ ਆਪਸ 'ਚ ਪਸੰਦ ਕਰਦੇ ਨੇ, ਕੱਲ੍ਹ ਨੂੰ ਉਹ ਚਲੇ ਜਾਣਗੇ, ਨਸ ਜਾਣਗੇ ਮੇਰੀ ਭੈਣ, ਅਤੇ ਫਿਰ ਤੁਹਾਡੀ ਵੀ ਇੱਜ਼ਤ ਖਰਾਬ, ਸਾਡੀ ਵੀ ਖਰਾਬ। ਇਸ ਵਾਸਤੇ ਮੈਂ ਤੁਹਾਨੂੰ ਆਖਦੀ ਹਾਂ, ਤੁਸੀਂ ਭਾਈ ਨੂੰ ਮਨਾਓ ਅਤੇ ਕੰਮ ਰੋਲਾ ਖਤਮ ਕਰੋ। ਚਲੋ ਠੀਕ ਹੈ, ਫਿਰ ਮੈਂ ਜਾਣੀ ਹਾਂ, ਜੋ ਮੇਰੀ ਭੈਣ ਮੈਂ ਚਾਹ ਪੀ ਕੇ ਜਾਈ, ਕੋਈ ਗੱਲ ਨਹੀਂ, ਉਹਨੇ ਕੋਈ ਨਹੀਂ ਪੀਵਾਂਗੀ, ਕੋਈ ਉਹਨੇ ਉੱਚੀ ਨੀਵੀਂ ਕੀਤੀ ਤੇ ਮੈਂ ਉਹਦੇ ਲਈ ਮਾਜ਼ਰਤ ਕਰਨੀ ਆ, ਕਿਉਂਕਿ ਉਹ ਹੈ ਹੀ ਇਸ ਤਰ੍ਹਾਂ ਦਾ। ਤੇ ਇਸ ਤਰ੍ਹਾਂ ਤੁਸੀਂ ਬਸ ਨਹੀਂ ਨਹੀਂ ਮੈਂ ਉਸ ਕੀ ਸਮਝਾਵਾਂਗੀ, ਟੈਨਸ਼ਨ ਇਸ ਚੀਜ਼ ਦੀ ਸਮਝੇਗਾ, ਆਖਰ ਉਹਦੀ ਵੀ ਧੀ ਹੈ। ਚਲੋ ਠੀਕ ਹੈ ਭੈਣ, ਮੈਂ ਜਾਣੀ ਆ, ਦੇਰ ਹੋ ਰਹੀ ਹੈ। ਅੱਲਾ ਹਾਫਿਜ਼। ਅੱਲਾ ਅੰਮੀ ਤੂੰ ਆ ਗਈ? ਠੀਕ ਹੈ, ਮੰਨ ਗਿਆ ਸਾਬੂ। ਹੁਣ ਮੈਂ ਤੈਨੂੰ ਕੀ ਦੱਸਾਂ, ਇੱਥੇ ਗਲੀ ਦੇ ਵਿੱਚ ਖਲੋ ਕੇ ਉਹਦੇ ਪਿਓ ਨੇ, ਮੈਂ ਤੈਨੂੰ ਅੱਗੇ ਮਨਾ ਕਰਦੀ ਸਾਂ ਨਾ, ਤੂੰ ਇਸ ਕੰਮ ਤੋਂ ਬਾਜ਼ ਆ ਜਾ, ਉਹਦੇ ਪਿਓ ਨੇ ਚੱਟਾ ਵੱਟਾ ਕੱਢ ਦਿੱਤਾ ਸਾਰਾ। ਉਹ ਕਹਿੰਦਾ ਤੇਰਾ ਪੁੱਤਰ ਹੀ ਲੋਫਰ ਹੈ। ਮੈਂ ਇਸ ਵਾਸਤੇ ਕਹਿੰਦੀ ਸਾਂ ਤੂੰ ਕੰਮ ਕਰ, ਕੰਮ ਕਰ, ਤੂੰ ਕੰਮ ਨਹੀਂ ਕੀਤਾ। ਹੁਣ ਦੱਸ ਇਹ ਅੰਜਾਮ ਮਿਲਿਆ, ਤੂੰ ਇਹਨਾਂ ਕੰਮਾਂ ਤੋਂ ਬਾਜ਼ ਆ ਜਾ, ਕੁਝ ਮੇਰੀ ਇੱਜ਼ਤ ਰਹਿਣ ਦੇ। ਸਮਝ ਆਈ? ਮਤਲਬ ਉਹਨਾਂ ਨਾ ਕਰ ਦਿੱਤੀ, ਮੈਂ ਤੈਨੂੰ ਆਖਦੀ ਸਾਂ ਤੂੰ ਕੰਮ ਕਰ, ਤੂੰ ਕੰਮ ਕਰ, ਨਹੀਂ ਤੂੰ ਕੋਈ ਕੰਮ ਕਰਦਾ, ਅਗਲੀਆਂ ਧੀ ਗੱਲ ਨਹੀਂ ਤੈਨੂੰ ਦੇ ਕੇ। ਅੱਛਾ ਹੁਣ ਮੈਂ ਆਪੇ ਹੀ ਕਰਸਾਂ ਜਿਹੜਾ ਕਰਨਾ। ਘਿਓ ਅਗਰ ਸਿੱਧੀ ਉਂਗਲੀ ਨਾਲ ਨਹੀਂ ਨਾ ਨਿਕਲਿਆ ਤੇ ਹੁਣ ਮੈਂ ਆਪੇ ਉਂਗਲੀ ਡਿੰਗੀ ਕਰਸਾਂ।
रिमशा रिमशा चार चुके तो पैर रख दे। अच्छा अम्मी तो फिर आ गए थे कोई वेख किसी ने वेख लिया तो फिर और अंजाम देख ली ना। मैं अपने वालदन भी भेज देता है। पता है मैनू अब्बा ने नहीं मनना सी मैनू पहले ही भी पता सी। यार मैं तेरे तो बगैर नहीं रह सकता ना दस हूँ के करिए। मैं हूँ की कवा तेनू तू मेरे प्यार तो कर दी है ना। मैं तेनू पहले भी दसिया मैं तेरे प्यार कर दी हाँ और मैं की करा यार रोन। मैं कोशिश की थी सी। असी दोनों नस जाने। की मतलब असी नस जाना है इतों। मैं तेरे तो बगैर नहीं रह सकता ते तेरे अब्बे ने मैं देना नहीं है। मैं भी तेरे बगैर नहीं रह सकती इसका हल यही है। यही हल मेरी गल सुन तू ना अपने कपड़े शपड़े पैक कर ले ते मैं तेनू ना घर के पीछे मिलूंगा। वो हवेली नहीं है उस हवेली के पीछे मिलूंगा ठीक है। किसी ने वेख लिया फिर नहीं कोई नहीं वेखेगा। चार तू ना 4 बजे आ जाए ठीक है उत्थे ते मैं तेरा इंतजार कर सकता। बाकी सारा बंदोबस्त मैं आपे कर ले सा कपड़े शपड़े पैक कर लिया ठीक है ना। चल ठीक है पक्की गल है ना। हाँ ठीक है तू हूँ जा कोई वेख ना लवे। चार बजे लाजमी है। मैं तेरा इंतजार कर सकता। पता नहीं कितने टोर गए ने। देखो उन्हें पता लग गया था मुझे। अम्मी क्यों है अम्मी ती? रिमशा क्यों है? बहुत बुरा होया। क्यों होया कि दास से तू ते कमरे च सुती सा क्यों है? मैं सुती नहीं सी। दास ना दास क्यों होया कि ये? अम्मी तेरे तो वाला ना कि हाल किता है? ना पूछो मैं अपना सामान तो जेवर लेके नस गई सी। आए, आए मैं मर के नहीं किथे गई से सगोते किथे गई से? ओ बड़ा तोके पास निकला मैं उदे नाल नस गई सी अली नाल। आए मेरे अल्लाह नहीं चुप कर तेरे प्यो नु पता लग गया तो उन्हें मेरे भी जुंडे का वॉल एक नहीं छड़ना न खोटे जानी है किथे चली गई से? अम्मी मैनू माफ कर दियो। चुप कर जा जेवर दा नाम ना नहीं तेरे प्यो ने ते मेरा कख नहीं छड़ना। चुप कर जा चुप थ्रू साफ कर। चुप कर मेरे तो बहुत बड़ी गलती हो गई अम्मी मैनू माफ। किसी ने वेखा तो नहीं तेनू? किसी ने वेखा तो नहीं सी ओदे नाल जांदिया साडे सिर दे विच खे पा छड़ी के तू हुने किसी गली में ले लेनू पता लग गया तेरे प्यो नु पता लग गया उन्हें सानू जीन चोगे नहीं छड़ना। और तेनू पता तेरे और गवांड सारे साडे शरीक रहंदे ने। उठ अंदर जा तेरे प्यो नु ना पता लग जा जेवर दा मैं बहाना कर लै सा कि चोर पै गए ने सानू। अंदर जा तेरे प्यो नु ना पता लगे। हाए वे मेरे अल्लाह हाए अजकल दी लाद किन्नी बिगड़ी। ओए होए वे मेरे अल्लाह जी। अस्सलाम वालेकुम कैसे हैं आप? ठीक हैं?
व्यूअर्स, आज बाटा प्रोटेक्शन ने एक बहुत अच्छा सब्जेक्ट और बहुत अच्छी स्टोरी का इंतखाब किया। जैसा कि आपने देखा कि बेजा लाड और प्यार किस तरह औलाद को नाराज़ कर देते हैं और नुकसान खुद ही उठाते हैं। तो प्लीज़ अपने बच्चों पे नज़र रखा करें, बिलखसूस अपनी बेटियों पे। और बेटियां तो पराया धन होता है, लेकिन जो पेरेंट्स, जो वालदैन अपनी औलाद के लिए अच्छा सोच सकते हैं, मेरा ख़्याल है कि वो आप जितने भी बच्चे यंगस्टर आप लोग, वो क्योंकि जवानी का जुनून होता है, आप लोग गलत फ़ैसले करने में देर नहीं करते। लिहाजा दुनिया में वाहिद ऐसी हस्ती है माँ बाप जो अपनी औलाद के लिए बेहतर सोचती है, समझती है और जो कुछ भी फैसला करती है अपनी औलाद के हक में करती है। जी रिमशा। अस्सलाम वालेकुम जी, मैं हूँ रिमशा हुसैन। कैसे हैं आप सब लोग? उम्मीद करती हूँ कि आप सब लोग ठीक होंगे। आज की स्टोरी आपके लिए बहुत बड़ा सबक लेके आई है। इस स्टोरी में ये है कि माँ बाप से बढ़कर औलाद के लिए कोई नहीं सोचता, ना इस दुनिया में कोई है कि जो माँ बाप से बढ़कर आपके लिए सोचे। जैसे जो मैंने आज कदम उठाया है उसका अंजाम भी आप लोगों ने देखा होगा कि कितना बुरा अंजाम हुआ। तो ये हरकत बिल्कुल भी ना करें जो मैंने किया है, इससे सबक सीखें। जो लड़कियां ये हरकत करती हैं वो ये हरकत ना करें, अपने माँ बाप की इज़्ज़त ख़राब ना करें, अपने माँ बाप का ख्याल करें, क्योंकि माँ बाप से बढ़कर दुनिया में कोई सोचने वाला नहीं है। वो जो कहें उनकी बात पर अमल करें, क्योंकि वही आपका बेहतर सोचते हैं। यकीनन आपको हमारी स्टोरी आज की अच्छी लगी होगी, क्योंकि हमारी हर स्टोरी माशरे की इस्लाह के लिए होती है। और मैं ये कहूँगी कि आप लोग इस स्टोरी से सबक सीखें और ये हरकत ना करें। बाटा टीवी जिंदाबाद पाकिस्तान।